ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੱਜ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕੁਝ ਕੁ ਗੱਲਾਂ ਜਿਹੜੀਆਂ ਕੰਮ ਆਉਣ ਵਾਲੀਆਂ ਸਾਂਝੀਆਂ ਕਰਨ ਲੱਗਾ। ਠੀਕ ਹੈ, ਅਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਇਹ ਗੱਲਾਂ ਸੁਣ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਜ਼ਰੂਰ ਆਉਣੇ। ਜਦੋਂ ਤੁਹਾਡੇ ਕੋਲ ਕੋਈ ਸਹਾਇਤਾ ਵਾਸਤੇ ਆਉਂਦਾ ਹੈ ਤਾਂ ਤੁਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਿਆ ਕਰੋ ਅਤੇ ਉਸ ਇਨਸਾਨ ਦੀ ਸਹਾਇਤਾ ਜ਼ਰੂਰ ਕਰਿਆ ਕਰੋ, ਕਿਉਂਕਿ ਰੋਸ਼ਨੀ ਦੀ ਜ਼ਰੂਰਤ ਉਦੋਂ ਹੀ ਪੈਂਦੀ ਆ ਜਦੋਂ ਚਾਰੇ ਪਾਸੇ ਹਨੇਰਾ ਹੋਵੇ। ਜੇਕਰ ਦੁਨੀਆ ਵਿਰੋਧ ਕਰੇ ਤਾਂ ਕਦੇ ਡਰਨਾ ਨਹੀਂ ਚਾਹੀਦਾ, ਕਿਉਂਕਿ ਇਹ ਦੁਨੀਆ ਪੱਥਰ ਉਸੇ ਰੁੱਖ ਨੂੰ ਮਾਰਦੀ ਆ ਜਿੱਥੇ ਫਲ ਪੱਕੇ ਹੋਣ। ਜ਼ਿੰਦਗੀ ਤੇਰੀ, ਸੁਪਨੇ ਤੇਰੇ, ਹਾਰ ਤੇਰੀ, ਜਿੱਤ ਤੇਰੀ, ਮੰਜ਼ਿਲ ਤੇਰੀ, ਸੁਪਨੇ ਵੀ ਤੇਰੇ, ਮਿਹਨਤ ਤੇਰੀ, ਸਭ ਕੁਝ ਤੇਰਾ। ਫਿਰ ਫਾਲਤੂ ਜੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਹਾਰ ਮੰਨ ਲੈਣੀ, ਇਹ ਕੋਈ ਗੱਲ ਚੰਗੀ ਨਹੀਂ। ਇੱਕ ਦਿਨ ਮੋਮਬੱਤੀ ਨੂੰ ਵੀ ਇਸ ਗੱਲ ਦਾ ਪਤਾ ਚੱਲ ਗਿਆ ਕਿ ਜਿਹੜੇ ਧਾਗੇ ਨੂੰ ਉਹ ਆਪਦੇ ਸੀਨੇ ਦੇ ਵਿੱਚ ਛੁਪਾਈ ਬੈਠੀ ਸੀ, ਉਸੇ ਧਾਗੇ ਦੀ ਵਜ੍ਹਾ ਨਾਲ ਇੱਕ ਦਿਨ ਪੂਰੀ ਮੋਮਬੱਤੀ ਜਿਹੜੀ ਉਹ ਮੱਚ ਕੇ ਖਤਮ ਹੋ ਜਾਂਦੀ ਆ। ਅਤੇ ਤੁਸੀਂ ਵੀ ਹਰ ਇੱਕ ਦੇ ਨਾਲ ਆਪਣਾ ਦਿਲ ਨਾ ਲਾਇਆ ਕਰੋ, ਦਿਲ ਦੀਆਂ ਗੱਲਾਂ ਸਾਂਝੀਆਂ ਨਾ ਕਰਿਆ ਕਰੋ, ਨਹੀਂ ਤਾਂ ਇੱਕ ਦਿਨ ਉਸੇ ਮੋਮਬੱਤੀ ਦੇ ਵਾਂਗ ਤੁਹਾਨੂੰ ਵੀ ਪਛਤਾਉਣਾ ਪੈ ਸਕਦਾ। ਦੁਨੀਆ ਦਾ ਸਭ ਤੋਂ ਖੂਬਸੂਰਤ ਪੌਦਾ ਵਿਸ਼ਵਾਸ ਦਾ ਹੁੰਦਾ ਹੈ, ਜੋ ਕਿ ਧਰਤੀ 'ਤੇ ਨਹੀਂ ਲੋਕਾਂ ਦੇ ਦਿਲਾਂ ਵਿੱਚ ਉੱਗਦਾ। ਜੇਕਰ ਮੇਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਵੀਡੀਓ ਦੇਖਣ ਦੇ ਲਈ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ।